ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਸੀਂ ਵਧੀਆ, ਫਿਟ ਫਾਟ ਹੋ? ਅਤੇ ਵੈਲਕਮ ਕਰਨਾ ਤੁਹਾਨੂੰ ਆਪਣੇ ਚੈਨਲ 'ਤੇ। ਅੱਜ ਮੈਨੂੰ ਕਾਫੀ ਦਿਨਾਂ ਬਾਅਦ ਜਿਹੜਾ ਆਪਣਾ ਕੈਮਰਾਮੈਨ ਮਿਲਿਆ, ਕੈਮਰਾਮੈਨ ਮੇਰਾ ਕੋਈ ਆਮ ਬੰਦਾ ਨਹੀਂ, ਉਹ ਪ੍ਰੋਫੈਸਰ ਹੈ ਐਮਫਿਲ ਦਾ। ਐਮਫਿਲ ਕਰ ਲਿਆ? ਤੇਰੀ ਆਵਾਜ਼ ਕੋਈ ਨਹੀਂ ਆ ਰਹੀ। ਮੈਂ ਮਾਈਕ ਲਾਇਆ ਅਤੇ ਹੂੰ ਕਰ ਰਿਹਾ, ਤਾਂ ਉਹਨੇ ਚੱਲ ਠੀਕ ਹੈ, ਖੈਰ ਹੋ ਗਿਆ। ਅੱਛਾ ਜੀ, ਮੈਂ ਇਸ ਜਗ੍ਹਾ 'ਤੇ ਬਹਿ ਕੇ ਅਤੇ ਉਹਦੇ ਸਨਸੈਟ ਜਿਹੜਾ ਉਹਦੀ ਲਾਈਵ ਸਟ੍ਰੀਮਿੰਗ ਕਰਨਾ ਵਾ। ਇਹ ਮੇਰਾ ਸਟੂਡੀਓ ਹੈ ਜਿੱਥੇ ਮੈਂ ਬੈਠਿਆ ਵਾਂ, ਇਹ ਮੇਰਾ ਟ੍ਰਾਈਪੋਡ ਹੈ, ਅਤੇ ਇਹ ਮੇਰਾ ਜਿਹੜਾ ਆਪਣਾ ਹੈ ਕੱਪ ਚਾਏ ਵਾਲਾ, ਇਹ ਇੱਥੇ ਬੈਗ ਚਾਏ ਵੀ ਪੀਵੀ ਦੀ ਹੈ। ਇਸ ਟਾਈਮ ਆਪਣੀ ਲਾਈਵ ਸਟ੍ਰੀਮ ਇੱਥੇ ਹੁੰਦੀ ਹੈ, ਪਿੱਛੇ ਜਿਹੜਾ ਵਿਊ ਅਸੀਂ ਉਹ ਬਹਾਨੇ ਆ ਇਸ ਸਾਈਡ ਤੋਂ ਨਾ, ਅਤੇ ਤਾਂ ਕਿ ਪ੍ਰੋਫੈਸ਼ਨਲ ਜਿਹਾ ਬੰਦਾ ਲੱਗੇ ਪਿੱਛੇ, ਜਿਸ ਤਰ੍ਹਾਂ ਪਿੱਛੇ ਟੀਵੀ ਚੈਨਲ ਵਾਲਿਆਂ ਦਾ ਨਹੀਂ ਆ ਰਿਹਾ ਹੁੰਦਾ। ਅਤੇ ਦਿਨ ਦੇ ਟਾਈਮ ਇੱਧਰ ਮੇਰਾ ਕੈਮਰਾਮੈਨ ਇੱਧਰ ਆਵੇ, ਇੱਥੇ ਬੇਬੀ ਦਾ ਇਸ ਟਾਈਮ, ਕਿਉਂਕਿ ਸੂਰਜ ਦੀ ਜਿਹੜੀ ਰੋਜ਼ ਛਾਂ ਹੁੰਦੀ ਹੈ ਇਸ ਜਗ੍ਹਾ 'ਤੇ ਹੁੰਦੀ ਹੈ, ਅਤੇ ਇੱਥੇ ਬਹਿ ਕੇ ਆਪਾਂ ਲਾਈਵ ਸਟ੍ਰੀਮ ਕਰੀ ਦੀਏ ਇੱਧਰ ਮੂੰਹ ਕਰਕੇ, ਤਾਂ ਕਿ ਮੈਂ ਸੋਹਣਾ ਸੋਹਣਾ ਲੱਗਾ। ਅਤੇ ਫਿਰ ਕਦੀ ਕਦੀ ਉੱਪਰ ਚਲੇ ਜਾਈਦਾ, ਉੱਥੋਂ ਜਾ ਕੇ ਅਤੇ ਵਹਾਈਦਾ ਆਪਣਾ ਆਪਣੇ ਵਿਲੇਜ ਦਾ ਵਿਊ। ਅਤੇ ਇੱਧਰ ਆਓ ਜਨਾਬ, ਜਦੋਂ ਇੱਕ ਮੈਂ ਚੰਡਾਲਾ ਆ ਰਿਹਾ ਸੀ ਇੱਕ ਦਿਨ, ਉੱਤੇ ਉੱਥੇ ਵੀ ਲਾਈਵ ਸਟ੍ਰੀਮ ਆਪਣਾ ਖਲੋ ਕੇ ਲਾਈਵ ਕਰੀ ਦੀ। ਹੁਣ ਇਸ ਤੋਂ ਪਹਿਲਾਂ ਕਿ ਜਿਹੜਾ ਸਾਡੀ ਗੱਲਬਾਤ ਜਾਰੀ ਰਹੇ, ਹੁਣ ਜਦੋਂ ਮੈਂ ਵੀਡੀਓ ਬਣਾਉਣਾ ਸ਼ੁਰੂ ਕੀਤੀਆਂ ਸਨ, ਤਾਂ ਉਸ ਟਾਈਮ ਟ੍ਰੇਨ ਵੀ ਜਿਹੜੀ ਹੈ ਸਭ ਤੋਂ ਪਹਿਲਾਂ ਇੱਥੇ ਕਿ ਮੈਂ ਆਪਣੀ ਟ੍ਰੇਨ ਦੀ ਵੀਡੀਓ ਅਪਲੋਡ ਕੀਤੀ ਸੀ ਆਪਣੇ ਚੈਨਲ 'ਤੇ। ਟ੍ਰੇਨ ਅਤੇ ਜੈੱਟ ਪਲੇਨ ਅਤੇ ਬੰਗਲੇ ਕਾਂ, ਅਤੇ ਹੁਣ ਆ ਗਈ ਹੈ ਜਨਾਬ ਟ੍ਰੇਨ। ਅਤੇ ਮੈਂ ਚਾਹਾਂਗਾ ਕਿ ਮੇਰਾ ਜਿਹੜਾ ਪ੍ਰੋਫੈਸ਼ਨਲ ਕੈਮਰਾਮੈਨ ਹੈ ਉਹ ਆਪਣਾ ਟ੍ਰੇਨ ਦੀ ਜਿਹੜਾ ਉਹ ਫੋਕਸ ਕਰਕੇ ਵਿਖਾਵੇ। ਆਪਾਂ ਜਦੋਂ ਬੇਬੀ ਦਾ ਇੱਥੇ ਕੈਮਰਾ ਰੱਖ ਕੇ ਅਤੇ ਟ੍ਰੇਨ ਦੀ ਵੀਡੀਓ ਜਿਹੜੀ ਉਹ ਕੈਪਚਰ ਕਰਨੇ ਆ, ਤਾਂ ਹੁਣ ਜਨਾਬ ਤੁਸੀਂ ਉਹ ਵੇਖ ਸਕਦੇ ਹੋ ਕਿ ਟ੍ਰੇਨ ਆ ਗਈ ਹੈ। ਅਤੇ ਇਹ ਟ੍ਰੇਨ ਦਾ ਮਾਹੌਲ ਜਿਹੜਾ ਇੱਥੋਂ ਬੜਾ ਵਧੀਆ ਹੁੰਦਾ, ਵੇਖਣ ਵਾਲਾ ਹੁੰਦਾ। ਅਤੇ ਮੈਂ ਇੱਥੇ ਖਲੋ ਕੇ, ਜਦੋਂ ਵੀਡੀਓ ਨਹੀਂ ਸੀ ਬਣਾਉਂਦਾ, ਲਾਈਵ ਸਟ੍ਰੀਮਿੰਗ ਵਗੈਰਾ ਨਹੀਂ ਕਰਦਾ ਸੀ, ਤਾਂ ਇੱਥੇ ਖਲੋ ਕੇ ਅਤੇ ਟ੍ਰੇਨ ਜਿਹੜਾ ਉਹਨੂੰ ਇੰਜੋਏ ਕਰੀਦਾ ਸੀ। ਹੁਣ ਜਦੋਂ ਦਾ ਸ਼ੌਕ ਚੜਿਆ ਟ੍ਰੇਨ ਨੂੰ, ਟ੍ਰੇਨ ਦੀ ਲਾਈਵ ਸਟ੍ਰੀਮਿੰਗ ਵੀ ਨਾਲ ਕਰੀ ਦੀ ਹੈ, ਅਤੇ ਨਾਲ ਨਾਲ ਫਿਰ ਆਪਣਾ ਵਿਲੇਜ ਦਾ ਵਿਊ ਵੀ ਵਿਖਾਈਦਾ, ਅਤੇ ਬਾਰਿਸ਼ ਜਦੋਂ ਹੁੰਦੀ ਹੈ ਉਦੋਂ ਫਿਰ ਬਾਰਿਸ਼ ਜਿਹੜੀ ਉਹਨੂੰ ਵੀ ਵਿਖਾਉਂਦਾ ਰਹਿੰਦਾ ਮੈਂ। ਇੰਜ ਫੀਲ ਹੁੰਦਾ ਕਿ ਮੈਂ ਜਿਵੇਂ ਉਹ ਵੈਦਰ ਰਿਪੋਰਟਰ ਬਣਿਆ ਪਿਆ ਵਾਂ, ਕਿ ਅੱਜ ਵੀ ਬਾਰਿਸ਼ ਹੋ ਰਹੀ ਸੀ। ਅੱਛਾ, ਇਹ ਅੱਗੇ ਬਾਰਿਸ਼ਾਂ ਹੋ ਰਹੀਆਂ ਸਨ, ਇੱਧਰ ਆਉਣਾ ਜਨਾਬ। ਇਹ ਪੈਲੀਆਂ ਦੇ ਵਿੱਚ ਪਾਣੀ ਜਿਹੜਾ ਉਹ ਪਹਿਲੇ ਬਹੁਤ ਜ਼ਿਆਦਾ ਸੀ, ਇਹ 18 ਸਾਲ ਤੋਂ ਬਾਅਦ ਮੇਰੇ ਖਿਆਲ ਨਾਲ ਇੰਨੀ ਜ਼ਿਆਦਾ ਬਾਰਿਸ਼ ਹੋਈ। ਇਸ ਤਰ੍ਹਾਂ ਹੀ ਹੈ ਜਨਾਬ, ਇੱਧਰ ਆਓ, ਆਪਣਾ ਡੇਰਾ ਵਿਖਾਈਏ ਨਾਲ ਨਾਲ ਨਾ, ਅਤੇ ਦੋਸਤਾਂ ਨੂੰ ਵਿਜ਼ਿਟ ਕਰਾਉਂਦੇ ਹਾਂ। ਹਾਂਜੀ, ਇਹ ਹਰ ਪਾਸੇ ਸਾਡੇ ਕੋਲ ਗ੍ਰੀਨਰੀ ਹੀ ਗ੍ਰੀਨਰੀ ਹੈ, ਅਤੇ ਮਤਲਬ ਕਿ ਅਸੀਂ ਇਕੱਲੇ ਹੀ ਇੱਥੇ ਰਹਿੰਦੇ ਹਾਂ, ਹੋਰ ਕੋਈ ਵੀ ਇੱਥੇ ਚੀਜ਼ ਨਹੀਂ, ਮਤਲਬ ਕੁਝ ਵੀ ਨਹੀਂ, ਅਸੀਂ ਇਕੱਲੇ ਹੀ ਇੱਥੇ ਰਹਿੰਦੇ ਹਾਂ। ਅਤੇ ਬਹੁਤ ਵਧੀਆ ਮਾਹੌਲ ਹੁੰਦਾ ਹੈ, ਪੁਰਸਕੂਨ ਲਾਈਫ ਹੈ, ਕੋਈ ਸ਼ੋਰ ਸ਼ਰਾਬਾ ਨਹੀਂ। ਅਤੇ ਕਦੀ ਕਦੀ ਜਿਹੜਾ ਸ਼ੋਰ ਸ਼ੂਰ ਆਉਂਦਾ ਉਹ ਸਿਰਫ ਔਰ ਸਿਰਫ ਟ੍ਰੇਨ ਦਾ ਆਉਂਦਾ, ਲੇਕਿਨ ਟ੍ਰੇਨ ਦੀ ਜਿਹੜੀ ਸਾਊਂਡ ਹੈ ਉਹਨੂੰ ਵੀ ਹਮ
ਇੰਜੋਏ ਕਰਦੇ ਹੈ। ਇੱਧਰ ਉਹ ਆਪਣਾ ਮੱਝਾਂ ਦੀ ਹਵੇਲੀ ਹੈ ਜਿਹੜੀ ਹੈ, ਅਤੇ ਇੱਥੇ ਮੱਝਾਂ ਦੇ ਪੱਠੇ ਨੇ, ਅਤੇ ਬਸ ਇਹੀ ਆਪਣਾ ਛੋਟਾ ਜਿਹਾ ਡੇਰਾ। ਅਤੇ ਹੁਣ ਅਸੀਂ ਦੂਸਰੇ ਪਾਸੇ ਚੱਲ ਕੇ ਬਹਾਨੇ ਹਾਂ, ਕਿਉਂਕਿ ਅਸੀਂ ਬਸ ਅੱਜ ਕਾਫੀ 1 ਸਾਲ ਬਾਅਦ ਮੈਨੂੰ ਕੈਮਰਾਮੈਨ ਜਿਹੜਾ ਉਹ ਮਿਲਿਆ, 1 ਸਾਲ ਬਾਅਦ, ਕਿਉਂਕਿ ਵੀਡੀਓ ਅਸੀਂ ਅੱਗੇ ਉੱਥੇ ਫਾਰਮ ਦੇ ਵਿੱਚ ਬਣਾਈ ਸੀ, ਉਹ ਫਾਰਮ ਦੇ ਵਿੱਚ। ਅਤੇ ਅੱਜ ਜਨਾਬ 1 ਸਾਲ ਬਾਅਦ ਮੈਨੂੰ ਆਪਣਾ ਕੈਮਰਾਮੈਨ ਮਿਲਿਆ। ਮੈਂ ਕੈਮਰਾਮੈਨ ਨੂੰ ਵੀ ਬਹਾਨ ਦੀ ਕੋਸ਼ਿਸ਼ ਕਰਾਂਗਾ, ਲੇਕਿਨ ਉਹ ਕਹਿੰਦਾ ਮੇਰੀਆਂ ਮੁੱਛਾਂ ਜਿਹੜੀਆਂ ਨੇ ਉਹ ਵਿੱਚ ਹੋਰੇ ਕਿਵੇਂ ਦੀ ਲੱਗਣੀਆਂ ਨੇ, ਕਿਉਂ ਹੈ। ਅਤੇ ਜਦੋਂ ਚੋਖੀ ਬਾਰਿਸ਼ ਆਉਂਦੀ ਸੀ ਪਿਛਲੇ ਦਿਨਾਂ ਦੇ ਵਿੱਚ, ਮੈਂ ਇਸ ਜਗ੍ਹਾ 'ਤੇ ਖਲੋ ਕੇ ਕੈਮਰਾ ਆਪਣਾ ਸੈੱਟ ਕਰਕੇ, ਅਤੇ ਇਹ ਵੇਖੋ ਹੁਣ ਅਸੀਂ ਪਿੰਡਾਂ ਵਾਲੇ ਪੇਂਡੂ ਬੰਦੇ ਪੂਰੇ ਲਾਈਵ ਸਟ੍ਰੀਮਰ ਬਣੇ ਹੁੰਦੇ ਹਾਂ ਯੂਟਿਊਬ 'ਤੇ ਬਹਿ ਕੇ, ਇੱਥੇ ਕੈਮਰਾ ਫਿੱਟ ਕਰਕੇ। ਹੁਣ ਮੈਨੂੰ ਕਿਸੇ ਦਿਨ ਖੌਫ ਹੈ ਕਿ ਉਹ ਪਤਾ ਨਹੀਂ ਕੋਈ ਬੰਦਾ ਕੰਪਲੇਨ ਹੀ ਨਾ ਕਰਦੇ ਕਿਸੇ ਦੂਰ ਦੇ ਡੇਰੇ ਪਿੰਡ ਘਰ ਵਾਲਾ, ਬਟ ਘਰ ਘੂਰ ਇੰਨੇ ਕਰੀਬ ਤਾਂ ਹੈ ਕੋ ਨਹੀਂ, ਉਹਨਾਂ ਕਹਿਣਾ ਇਹ ਇਹਨਾਂ ਦਾ ਮੁੰਡਾ ਸਾਰਾ ਦਿਨ ਛੱਤ 'ਤੇ ਬਹਿ ਕੇ ਵੀਡੀਓ ਬਣਾਉਂਦਾ, ਪਤਾ ਨਹੀਂ ਕੀ ਕਰਦਾ ਰਹਿੰਦਾ। ਅਤੇ ਪਰਿੰਦੇ, ਅੱਛਾ ਹੁਣ ਅੱਗੋਂ ਮੌਸਮ ਵਧੀਆ ਆ ਜਾਣਾ, ਠੰਡ ਦਾ ਮੌਸਮ ਆ ਜਾਣਾ, ਅਤੇ ਫਿਰ ਇੱਥੇ ਉਹ ਜਿਹੜੀ ਬੋਹੜ ਹੈ ਨਾ, ਇਹਦੇ ਉੱਤੇ ਬਹੁਤ ਜ਼ਿਆਦਾ ਪਰਿੰਦੇ ਜਿਹੜੇ ਨੇ ਵਾ। ਅੱਛਾ ਉਹ ਨਹਿਰ ਭਾਈ ਇੱਧਰ ਆ, ਉਹ ਸਾਡੇ ਸਾਹਮਣੇ ਜਿਹੜੀ ਹੈ ਤਕਰੀਬਨ 1 2 3 4 5 6 7 8 9 10 10 12 ਕਿੱਲੇ ਦੂਰ ਹੋਣੀ ਹੈ, ਇੰਨੀ ਕੋਈ ਨਹਿਰ ਜਿੱਥੇ ਉਹ ਜ਼ਿਆਦਾ ਦਰਖਤ ਨਜ਼ਰ ਆ ਰਹੇ ਨੇ, ਬਹੁਤ ਜ਼ਿਆਦਾ ਟਰੀਸ, ਮਤਲਬ ਕਿ ਚੜ੍ਹਦੇ ਪੰਜਾਬ ਵਾਲੀ ਸਾਈਡ 'ਤੇ ਨਹਿਰ ਹੈ ਸਾਡੇ, ਅਤੇ ਜਿਹੜਾ ਸੂਰਜ ਸਨਸੈਟ ਹੁੰਦਾ ਉਹ ਹੁੰਦਾ ਲਹਿੰਦੇ ਵਾਲੀ ਸਾਈਡ 'ਤੇ। ਅਤੇ ਇਸ ਤਰ੍ਹਾਂ ਦਾ ਆਪਣਾ ਡੇਰਾ ਹੈ। ਅਗਰ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਬਲੌਗ ਪਸੰਦ ਆਵੇ ਤਾਂ ਪਲੀਜ਼ ਸਬਸਕ੍ਰਾਈਬ ਕਰਨਾ, ਅਤੇ ਬਸ ਸਬਸਕ੍ਰਾਈਬ ਹੀ ਕਰਨਾ, ਨਾਲ ਲਾਈਕ ਅਤੇ ਘੰਟੀ ਜਿਹੜੀ ਹੈ ਉਹ ਵੀ ਜ਼ਰੂਰ ਦਬਾਉਣਾ, ਤਾਂ ਕਿ ਮੇਰੇ 6K ਸਬਸਕ੍ਰਾਈਬਰ ਹੋ ਗਏ ਨੇ, ਅਤੇ ਤੁਸੀਂ ਅਗਰ ਸਪੋਰਟ ਕਰੋਗੇ ਤਾਂ ਫਿਰ 10K ਵੀ ਕੰਪਲੀਟ ਹੋ ਜਾਣਗੇ। ਥੈਂਕ ਯੂ ਵੈਰੀ ਮੱਚ, ਅਗਰ ਵੀਡੀਓ ਅੱਛੀ ਲੱਗੇ ਤਾਂ ਲਵ ਯੂ, ਹੋ ਗਿਆ, ਬਾਏ।